ਤਾਂ ਜੀ ਪਹਿਲਾਂ ਆਪਾਂ ਇਹਨਾਂ ਨੂੰ ਮਿਲੇ ਸੀਗੇ ਮੰਜੇ ਬਿਸਤਰੇ 2 ਜਿਹੜੀ ਆਪਾਂ ਇਕੱਠੇ ਕਰਨ ਚੱਲੇ ਸੀ ਕੈਨੇਡਾ, ਉਹ ਇਕੱਠੇ ਕਰ ਆਏ ਹਾਂ ਅਤੇ ਹੁਣ ਤੁਸੀਂ ਮੁਕਲਾਵਾ ਲੈਣ ਚੱਲੇ ਹੋ। ਦੇਖੋ ਜਦੋਂ ਵਿਆਹ ਹੋ ਜਾਂਦਾ ਫਿਰ ਉਸ ਤੋਂ ਬਾਅਦ ਮੁਕਲਾਵਾ ਆਉਂਦਾ ਜੀ, ਸੋ ਉਹ ਤਾਂ ਹੋ ਗਿਆ ਮੰਜੇ ਬਿਸਤਰੇ 2, ਹੁਣ ਮੁਕਲਾਵਾ ਲੈਣ ਚੱਲੇ ਹਾਂ ਜੀ। ਔਰ ਵਿਆਹ ਉੱਥੇ ਭਾਵੇਂ ਗਿੱਪੀ ਦਾ ਹੋਇਆ ਸੀ ਪਰ ਮੁਕਲਾਵਾ ਅਸੀਂ ਐਮੀ ਦਾ ਲੈਣ ਚੱਲੇ ਹਾਂ ਕੱਲ੍ਹ, ਕਿਉਂਕਿ ਭਰਾ ਭਰਾ ਇੰਨੇ ਇੱਕ ਦੂਜੇ ਦੀ ਮਦਦ ਕਰ ਦਿੰਦੇ, ਯਾਰ ਮੈਂ ਵਿਆਹ ਕਰਾਇਆ ਸੀ ਜਾ ਕੇ ਮੁਕਲਾਵਾ ਹੀ ਲੈ ਆਈ। ਆਪਾਂ ਇਹ ਵੀ ਕਹਿ ਸਕਦੇ ਦੋਵਾਂ ਭਰਾ ਦਾ ਬੌਂਡ ਤੁਸੀਂ ਦੇਖ ਸਕਦੇ, ਦੋਵੇਂ ਫਿਲਮਾਂ ਵੀ ਇੱਕੋ ਡੇਟ 'ਤੇ ਲੈ ਕੇ ਆ ਰਹੇ ਹਾਂ। ਹਾਂ ਬਿਲਕੁਲ ਜੀ, ਔਰ ਮੈਂ ਦੋਵਾਂ ਲਈ ਦੁਆ ਗਵਾਂ ਪਰਮਾਤਮਾ ਦੋਵਾਂ ਫਿਲਮਾਂ ਨੂੰ ਬਹੁਤ ਵੱਡੀ ਸਕਸੈਸ ਦੇਵੇ ਜੀ। ਔਰ ਸਰ ਇੱਦਾਂ ਦਾ ਹੈਲਦੀ ਕੰਪੀਟੀਸ਼ਨ ਜਦੋਂ ਪੰਜਾਬੀ ਇੰਡਸਟਰੀ 'ਚ ਦੇਖਣ ਨੂੰ ਮਿਲਦਾ ਲਿਆ, ਇੱਕ ਲਾਸਟ ਵੀ ਦੋ ਵੱਡੀਆਂ ਫਿਲਮਾਂ ਜਿਹੜੀਆਂ ਸੀਗੀਆਂ ਪਰਮੀਸ਼ ਵਰਮਾ ਅਤੇ ਦੇਵ ਕਰੋੜ ਦੀ, ਉਹ ਵੀ ਇੱਕੋ ਡੇਟ 'ਤੇ ਕਲੈਸ਼ ਕਰ ਰਹੀਆਂ ਸੀਗੀਆਂ, ਲੇਕਿਨ ਆਪਾਂ ਉਹਨਾਂ ਨੂੰ ਕਲੈਸ਼ ਨਹੀਂ ਕਵਾਂਗੇ, ਇੱਕ ਹੈਲਦੀ ਕੰਪੀਟੀਸ਼ਨ ਦੇ ਰੂਪ 'ਤੇ ਦੇਖਾਂਗੇ, ਕਿਉਂਕਿ ਪੰਜਾਬੀ ਸਿਨੇਮਾ ਜਿਸ ਸਪੀਡ ਦੇ ਨਾਲ ਅੱਜ ਕੱਲ੍ਹ ਗਰੋ ਕਰ ਰਿਹਾ ਇਸ ਦੇ ਨਾਲ, ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਪਰ ਮੈਂ ਉਹਨੂੰ ਕਲੈਸ਼ ਹੀ ਕਵਾਂਗਾ ਜੀ, ਅਜੇ ਵੀ ਮੈਂ ਵੈਰੀ ਅਨਫੋਰਚੁਨੇਟ ਕਿ ਦੋ ਚੰਗੀਆਂ ਫਿਲਮਾਂ ਇੱਕ ਟਾਈਮ 'ਤੇ ਰਿਲੀਜ਼ ਹੋ ਜਾਂਦੀਆਂ ਤਾਂ ਲੋਕ ਚੁਆਇਸ ਨਾਲ ਜਾਂਦੇ ਵੀ ਅੱਜ ਕਿਹੜੀ ਦੇਖਣੀ, ਜਿਹੜਾ ਜਿਹਦਾ ਫੈਨ ਉਹਨੂੰ ਦੇਖਣ ਚਲਾ ਜਾਂਦਾ, ਜਦਕਿ ਅਲੱਗ ਅਲੱਗ ਆਈਆਂ ਹੁੰਦੀਆਂ ਅਤੇ ਉਹ ਦੋਵੇਂ ਫਿਲਮਾਂ ਦੇਖਣ ਵੀ ਜਾਂਦੇ। ਔਰ ਫਿਰ ਮੈਂ ਸਮਝਦਾ ਕਿ ਇਹ ਹੈਲਥੀ ਕੰਪੀਟੀਸ਼ਨ ਤਾਂ ਹੈ ਹੀ ਹੈ, ਬਟ ਇਹਦੇ ਵਿੱਚ ਇੱਕ ਵੈਲਥੀ ਕੰਪੀਟੀਸ਼ਨ ਵੀ ਇਨਵੋਲਵਡ ਹੁੰਦਾ, ਕਿਉਂਕਿ ਦੋਵਾਂ ਪ੍ਰੋਡਿਊਸਰਸ ਦੇ ਪੈਸੇ ਲੱਗੇ ਹੁੰਦੇ ਨੇ। ਸੋ ਜਿਹੜਾ ਵੈਲਥ ਦਾ ਕੰਪੀਟੀਸ਼ਨ ਹੈ ਨਾ, ਉਹ ਬਹੁਤ ਮਾੜੀ ਗੱਲ ਹੈ। ਕਿਸੇ ਇੱਕ ਨੂੰ ਵੀ ਅਗਰ ਸਹੀ ਪੈਸੇ ਨਹੀਂ ਆਉਂਦੇ ਆਪਣੇ ਜਿੰਨੇ ਸੋਚੇ ਹੁੰਦੇ ਆ, ਤਾਂ ਉਹ ਮਾੜੀ ਗੱਲ ਹੈ। ਅਤੇ ਭਾਅ ਜੀ ਜਦੋਂ ਗਿੱਪੀ ਭਾਅ ਜੀ ਦੀ ਵੀ ਫਿਲਮ ਆ ਰਹੀ ਹੈ ਨਾਲ ਦੇ ਨਾਲ, ਔਰ ਉਧਰੋਂ ਤੁਸੀਂ ਮੁਕਲਾਵਾ ਦਾ ਸ਼ੂਟ ਕਰ ਰਹੇ ਹੋ, ਅਤੇ ਗੱਲਬਾਤ ਹੁੰਦੀ ਹੈ ਉਹਨਾਂ ਦੀ ਪ੍ਰਮੋਸ਼ਨਸ ਦੇ ਟਾਈਮ 'ਤੇ ਵੀ, ਉਹਨਾਂ ਨਾਲ ਤੁਹਾਡੀ ਕੀ ਗੱਲਬਾਤ ਹੁੰਦੀ ਹੈ? ਭਾਅ ਜੀ ਅਸੀਂ ਇੱਕ ਦੂਸਰੇ ਲਈ ਗੁੱਡ ਵਿਸ਼ਿਸ ਦੇ ਦੀਆਂ, ਅਸੀਂ ਚਾਹੁੰਦੇ ਹਾਂ ਕਿ ਉਹ ਵੀ ਫਿਲਮ ਜ਼ਰੂਰ ਹਿੱਟ ਹੋਵੇ, ਇਹ ਵੀ ਹੋਵੇ, ਕਿਉਂਕਿ ਸਾਡੇ ਲਈ ਅਸੀਂ ਤਾਂ ਇੱਕ ਪਰਿਵਾਰ ਹਾਂ ਨਾ ਜੀ, ਉਹ ਵੀ ਸਾਡੀਆਂ ਉਹਨਾਂ ਨਾਲ ਵੀ ਫਿਲਮਾਂ ਆਉਂਦੀਆਂ, ਜਿੰਨਾ ਉਹ ਮਾਰਕੀਟ 'ਚ ਹਿੱਟ ਰਹਿਣਗੇ ਸਾਡਾ ਸਾਂਝਾ ਕੰਮ ਹਿੱਟ ਹੁੰਦਾ ਰਹੇਗਾ। ਮੇਰੀ ਇਸ ਤੋਂ ਬਾਅਦ ਗਿੱਪੀ ਉਹਨਾਂ ਨਾਲ ਵੀ ਫਿਲਮ ਆ ਰਹੀ ਹੈ, ਅਰਦਾਸ ਕਰਾਂ। ਸੋ ਮੈਂ ਚਾਹਾਂਗਾ ਕਿ ਮਤਲਬ ਉਹ ਹਮੇਸ਼ਾ ਮਾਰਕੀਟ 'ਚ ਸਿਰਮੌਰ ਰਹਿਣ ਗਿੱਪੀ ਹੁਣੀ, ਅਤੇ ਅਸੀਂ ਇਕੱਠੇ ਕੰਮ ਕਰਦੇ ਰਹੀਏ। ਪਰ ਕਿਉਂਕਿ ਇਹ ਫਿਲਮ ਮੈਂ ਕੀਤੀ ਹੈ, ਮੇਰੀ ਕਮਿਟਮੈਂਟ ਹੈ ਇਸ ਫਿਲਮ ਦੇ ਨਾਲ, ਮੇਰੀ ਲੋਇਲਟੀ ਇਹ ਕਹਿੰਦੀ ਹੈ ਕਿ ਮੈਂ ਅਰਦਾਸ ਕਰਾਂ ਪਰਮਾਤਮਾ ਅੱਗੇ, ਦੁਆ ਕਰਾਂ ਕਿ ਸਾਡੀ ਇਹ ਫਿਲਮ 24 ਮਈ ਨੂੰ ਬਹੁਤ ਵੱਡੀ ਹਿੱਟ ਹੋਵੇ ਐਮੀ ਨੂੰ, ਅਤੇ ਕਿਉਂਕਿ ਸੋਨਮ ਹੁਣਾਂ ਨੂੰ ਇੱਕ ਹੋਰ ਬੜੀ ਵੱਡੀ ਹਿੱਟ ਮਿਲੇ, ਅਸੀਂ ਸਾਰੇ ਚਲੋ ਆਰਟਿਸਟ ਸੀਨੀਅਰ ਉਹਨਾਂ ਦੇ ਨਾਲ ਹੀ ਹਾਂ। ਔਰ ਵਾਈਟ ਹਿੱਲ ਨਾਲ ਬਹੁਤ ਵੱਡਾ ਇੱਕ ਵੈਂਚਰ ਹੈ, ਸਿਮਰਜੀਤ ਹੁਣਾਂ ਨੂੰ ਕਾਮਯਾਬੀ ਮਿਲੇ, ਜਿਹੜਾ ਬੰਦਾ ਮਿਹਨਤ ਨਾਲ ਕੰਮ ਕਰਦਾ ਉਹਦੇ ਲਈ ਦੁਆ ਨਿਕਲਦੀ ਹੈ ਦਿਲ 'ਚ। ਕਿਉਂਕਿ ਪੰਜਾਬੀ ਇੰਡਸਟਰੀ ਦੀ ਕਈ ਐਸੀਆਂ ਫਿਲਮਾਂ ਹੁੰਦੀਆਂ ਜਿਹੜੀ ਕਿ ਲੋਕਾਂ ਨੂੰ ਨੌਲੇਜ ਦਿੰਦੀ ਹੈ, ਲੋਕਾਂ ਨੂੰ ਆਪਣੇ ਕਲਚਰ ਬਾਰੇ ਦੱਸਦੀ ਹੈ। ਸਪੋਜ਼ ਆਪਾਂ ਸ਼ੁਰੂ ਕਰਦੇ ਹਾਂ ਮੰਜੇ ਬਿਸਤਰੇ 1, ਮੰਜੇ ਬਿਸਤਰੇ 2 ਤੋਂ ਹੀ ਕਾਫੀ ਜਿਹੜੀ ਯੰਗ ਜਨਰੇਸ਼ਨ ਹੈ ਉਹਨਾਂ ਨੂੰ ਮੰਜੇ ਬਿਸਤਰੇ ਕਿਵੇਂ ਇਕੱਠੇ ਕਰਦੇ ਨਹੀਂ ਪਤਾ ਲੱਗਦਾ। ਹੁਣ ਮੁਕਲਾਵਾ ਦੀ ਗੱਲ ਕਰੀਏ ਤਾਂ ਅੱਧੇ ਲੋਕਾਂ ਨੂੰ ਤਾਂ ਮੁਕਲਾਵਾ ਸ਼ਬਦ ਸੁਣ ਕੇ ਹੀ ਨਹੀਂ ਸਮਝ ਆ ਰਿਹਾ ਸੀ ਵੀ ਕੀ ਹੁੰਦਾ ਉਹਦੇ 'ਚ, ਅਤੇ ਇਹ ਜਦੋਂ ਇੱਕ ਮੈਸੇਜ ਪਹੁੰਚਾਉਂਦੀ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਇੰਡਸਟਰੀ ਬਾਰੇ? ਇਹ ਬੜੀ ਵੱਡੀ ਅਚੀਵਮੈਂਟ ਹੈ। ਦੇਖੋ ਮੰਜੇ ਬਿਸਤਰੇ ਅੱਜ ਸਾਰੇ ਪੰਜਾਬ ਨੂੰ ਪਤਾ ਲੱਗ ਗਿਆ ਕਿ ਕਿਵੇਂ ਵਿਆਹਾਂ 'ਚ ਇਕੱਠੇ ਹੁੰਦੇ ਸੀ, ਕਿਵੇਂ ਸਾਰਾ ਕੁਝ ਹੁੰਦਾ ਸੀ। ਸੋ ਮੁਕਲਾਵਾ ਵੀ ਇੱਕ ਬਹੁਤ ਵੱਡੀ ਲੀਡ ਹੈ ਸਾਡੇ ਯੂਥ ਵਾਸਤੇ, ਯੰਗਸਟਰ ਵਾਸਤੇ, ਆਪਣੇ ਵਿਰਸੇ ਤੱਕ ਪਹੁੰਚਣ ਲਈ, ਆਪਣੀਆਂ ਰੂਟਸ ਤੱਕ ਪਹੁੰਚਣ ਲਈ। ਮੇਰੇ ਖਿਆਲ ਨਾਲ ਇਹ ਲੀਡ ਜਿਹੜੀ ਹੈ ਇਟ ਵਿਲ ਵਰਕ, ਔਰ ਬੱਚਿਆਂ ਨੂੰ ਚੰਗਾ ਲੱਗੇਗਾ, ਔਰ ਬੱਚੇ ਖੁਦ ਡਿਮਾਂਡ ਕਰਨਗੇ ਕਿ ਹੋਰ ਇਸ ਤਰ੍ਹਾਂ ਦੀਆਂ ਮੂਵੀਜ਼ ਬਣਨੀਆਂ ਚਾਹੀਦੀਆਂ ਜਿਹਦੇ ਨਾਲ ਅਸੀਂ ਆਪਣੇ ਐਰਾ 'ਚ ਪਿੱਛੇ ਚਲੇ ਜਾਈਏ, ਜਿਹੜਾ ਅਸੀਂ ਕਦੇ ਦੇਖਣਾ ਹੀ ਨਹੀਂ ਸਾਡੇ ਹੁਣ ਸਮੇਂ 'ਚ ਹੈ ਨਹੀਂ, ਨਾ ਫਿਊਚਰ 'ਚ ਕਦੇ ਆਉਣਾ। ਅਤੇ ਬੜੀ ਵਧੀਆ ਗੱਲ, ਅਸੀਂ ਫਿਊਚਰ 'ਚ ਤਾਂ ਕਿਸੇ ਨੂੰ ਲੈ ਕੇ ਜਾ ਨਹੀਂ ਸਕਦੇ ਜ਼ਿਆਦਾ ਯਥਾਰਥ ਦੇ ਨਾਲ, ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪਾਸਟ ਵਿੱਚ ਤਾਂ ਪੂਰੇ ਯਥਾਰਥ ਨਾਲ ਜਾਇਆ ਜਾ ਸਕਦਾ, ਔਰ ਜਾਈਏ। ਬਿਲਕੁਲ। ਅਤੇ ਆਪਾਂ ਕੰਕਲੂਡ ਕਰਨ ਤੋਂ ਪਹਿਲਾਂ ਇੱਕ ਚੀਜ਼ ਜ਼ਰੂਰ ਤੁਹਾਨੂੰ ਪੁੱਛਾਂਗੇ, ਇਹਦੇ ਬਾਰੇ ਤੁਹਾਡਾ ਕੀ ਬਿਆਨ ਹੈ ਕਿ ਜਿੱਦਾਂ ਤੁਸੀਂ ਦੇਖ ਰਹੇ ਹੋ ਪੰਜਾਬੀ ਇੰਡਸਟਰੀ ਦੇ ਵਿੱਚ ਪੰਜਾਬੀ ਗਾਣੇ ਬਾਲੀਵੁੱਡ ਫਿਲਮਸ ਦੇ ਵਿੱਚ ਰਿਲੀਜ਼ ਹੋ ਰਹੇ ਹਨ, ਬਾਲੀਵੁੱਡ ਫਿਲਮਸ ਦੇ ਵਿੱਚ ਅੱਜ ਕੱਲ੍ਹ ਮੋਸਟਲੀ 60% ਗਾਣੇ ਪੰਜਾਬੀ ਗਾਣੇ ਹੀ ਲਿੱਤੇ ਜਾਂਦੇ ਆ, ਉੱਪਰੋਂ ਪੰਜਾਬੀ ਕਈ ਆਰਟਿਸਟ ਨੇ ਜਿਹੜੇ ਬਾਲੀਵੁੱਡ ਦੇ ਵਿੱਚ ਜਾ ਰਹੇ ਨੇ, ਅਤੇ ਇਹ ਆਪਣੇ ਲਈ ਕਿੱਦਾਂ ਦੀ ਗੱਲ? ਦੇਖੋ ਬਾਲੀਵੁੱਡ ਇੱਕ ਨੈਕਸਟ ਲੈਵਲ ਹੈ, ਹਰ ਇੱਕ ਨੂੰ ਹੱਕ ਹੈ ਉੱਥੇ ਜਾਣ ਦਾ, ਔਰ ਸਾਰੇ ਚਾਹੁੰਦੇ ਨੇ ਕਿ ਇੱਕ ਆਪਣਾ ਓਰੀਜਨਲ ਆਰਟਿਸਟ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ ਨੈਸ਼ਨਲ ਇੰਟਰਨੈਸ਼ਨਲ ਲੈਵਲ 'ਤੇ ਵੀ ਜਾਣਿਆ ਜਾਏ, ਅਤੇ ਮੇਰੇ ਖਿਆਲ ਨਾਲ ਇੱਕ ਬਹੁਤ ਅੱਛਾ ਚਲਨ ਹੈ। ਔਰ ਮੈਂ ਸਭ ਲਈ ਦੁਆ ਕਰਦਾ ਕਿ ਜਿਨ੍ਹਾਂ ਜਿਨ੍ਹਾਂ ਦੀ ਇੱਛਾ ਹੈ ਪਰਮਾਤਮਾ ਉਹਨਾਂ ਨੂੰ ਬਾਲੀਵੁੱਡ ਦੇ ਲੈਵਲ 'ਤੇ ਵੀ ਬਹੁਤ ਵੱਡੀ ਕਾਮਯਾਬੀ ਦੇਵੇ, ਔਰ ਇੰਟਰਨੈਸ਼ਨਲ ਲੈਵਲ 'ਤੇ ਵੀ ਜਾਣ ਸਾਡੇ ਸਟਾਰਸ ਜੀ। ਅਤੇ ਇਸ ਇੰਟਰਵਿਊ ਨੂੰ ਖਤਮ ਕਰਨ ਤੋਂ ਪਹਿਲਾਂ ਜੇ ਤੁਹਾਨੂੰ ਆਪਸ਼ਨ ਦਿੱਤਾ ਜਾਵੇ ਵੀ ਤੁਸੀਂ ਪੰਜਾਬੀ ਇੰਡਸਟਰੀ ਦੇ ਵਿੱਚ ਕਿਸੇ ਇੱਕ ਸੁਪਰ ਸਟਾਰ ਦਾ ਮੁਕਲਾਵਾ ਲੈ ਕੇ ਜਾਣਾ ਉਹਦੇ ਘਰ, ਅਤੇ ਕਿਹਦਾ ਲੈ ਕੇ ਜਾਣਾ ਚਾਹੋਗੇ ਐਮੀ ਵਿਰਕ ਭਾਈ ਨੂੰ ਛੱਡ ਕੇ, ਕਿਉਂਕਿ ਉਹਨਾਂ ਦਾ ਤੁਸੀਂ ਲੈ ਚੁੱਕੇ ਹੁਣੇ ਲੈ ਕੇ ਗਏ ਹੋ? ਗਿੱਪੀ ਹੁਣਾਂ ਦਾ ਵੀ ਮੁਕਲਾਵਾ ਆ ਗਿਆ ਹੋਇਆ ਜੀ, ਅਤੇ ਮੈਨੂੰ ਬਾਹਲਾ ਕਈਆਂ ਦਾ ਪਤਾ ਨਹੀਂ ਪਰਸਨਲੀ, ਹੈ ਨਾ ਜੀ, ਕਿ ਦੱਸਣਾ ਕਿ ਨਹੀਂ ਦੱਸਣਾ ਉਹਨਾਂ ਦੇ ਮੁਕਲਾਵੇ ਦਾ। ਅਤੇ ਜੇ ਅੱਜ ਦੀ ਡੇਟ 'ਚ ਮੈਂ ਗੱਲ ਕਰਾਂ ਤਾਂ ਰਣਜੀਤ ਬਾਵੇ ਦਾ ਮੁਕਲਾਵਾ ਲੈਣ ਮੈਂ ਨਾਲ ਜਾਣਾ ਚਾਹੁੰਦਾ।
थैंक यू सो मच फॉर बीइंग हियर भाजी। आप यही उम्मीद करांगे कि ऐतकी भी तुहाडी ये फिल्म इदां ही चढ़दी कला दे विच जाए। थैंक यू सो वेरी मच। और मेरी सारयां नूं हाथ जोड़ के बेनती है कि साडी जिहड़ी फिल्म है मुकलावा मस्ट वॉच मूवी है, अपने परिवारां नाल, अपने सगे संबंधियां नाल, दोस्तां मित्रां नाल इकट्ठे बह के फिल्म देखो, तुसीं ज़्यादा इंजॉय करोगे। मस्ट वॉच मुकलावा रिलीजिंग ऑन 24th May। पंजाबी ग्रूज़ की पूरी टीम वालों तुहानूं बहुत बहुत थैंक यू सर। थैंक यू सो मच।